ਦੋਸਤੋ, ਇੱਕ ਨਵੇਂ ਵਲਾਗ 'ਚ, ਇੱਕ ਨਵੇਂ ਅੰਦਾਜ਼ 'ਚ ਤੁਹਾਡੇ ਨਾਲ ਫਿਰ ਹਾਜ਼ਰੇ ਖਿਦਮਤ ਹਾਂ। ਅਤੇ ਅੱਜ ਜਗ੍ਹਾ ਵੀ ਬੜੀ ਜ਼ਬਰਦਸਤ ਸੀ, ਅਸੀਂ ਆਏ ਸਾਂ ਇੱਥੇ ਸੈਰ ਸਪਾਟਾ ਹੀ ਕਰਨ, ਅਤੇ ਮੈਨੂੰ ਚੰਦ ਇਸ਼ਾਰ ਜਿਹੜੇ ਨੇ ਨਾ ਬਾਬਾ ਬੁੱਲੇ ਸ਼ਾਹ ਸਾਹਿਬ ਦੇ, ਉਹ ਜ਼ਿਹਨ 'ਚ ਆ ਗਏ। ਅਤੇ ਮੈਂ ਨਾ ਯਕੀਨ ਕਰੋ ਕੈਸੇ ਕੈਸੇ ਉਹਨਾਂ ਨੇ ਕੌਲ ਕਹਿਤੇ ਨੇ, ਕੈਸੇ ਕੈਸੇ ਸ਼ੇਰ ਕਹਿਤੇ ਨੇ। ਬੰਦਾ ਇੱਕ ਇੱਕ ਸ਼ੇਰ ਦੇ ਵਿੱਚ ਡੁੱਬੀ ਲਾਵੇ ਨਾ ਅਤੇ ਡੋਬੀ ਜਾਵੇ, ਨਿਕਲੇ ਹੀ ਨਾ। ਅਤੇ ਉਹ ਸ਼ੇਰ ਸੀ, ਤੁਹਾਨੂੰ ਵੀ ਮੈਂ ਸੁਣਾਉਣਾ ਕਿ ਬਾਬਾ ਜੀ ਦਾ ਇਸ ਤਰ੍ਹਾਂ ਕਿ ਜੇ ਮੈਂ ਤੈਂ ਬਾਹਰ ਢੂੰਡਾਂ ਤੇ ਮੇਰੇ ਅੰਦਰ ਕੌਣ ਸਮਾਰਾ, ਤੇ ਜੇ ਮੈਂ ਤੈਨੂੰ ਅੰਦਰ ਢੂੰਡਾਂ ਤੇ ਫਿਰ ਮੁਕਈਅਤ ਜਾਣਾ, ਮੌਲਾ ਜੇ ਮੈਂ ਤੈਨੂੰ ਅੰਦਰ ਜਾਣਾ। ਵੇਖੋ ਬਾਬਾ ਬੁੱਲੇ ਸ਼ਾਹ ਸਾਹਿਬ ਫਰਮਾਉਂਦੇ ਨੇ ਕਿ ਜੇ ਮੈਂ ਤੈਨੂੰ ਬਾਹਰ ਲੱਭਾਂ, ਯਾਨੀ ਆਪਣੇ ਨੂੰ ਬਾਹਰ ਢੂੰਡਾਂ, ਤੇ ਮੇਰੇ ਅੰਦਰ ਕੌਣ ਸਮਾਰਾਂ, ਕਿ ਜੇ ਮੈਂ ਤੈਨੂੰ ਬਾਹਰ ਲੱਭਾਂ, ਬਾਹਰ ਕਿਧਰੇ ਵੇਖਾਂ, ਰੱਬ ਨੂੰ ਮੁਖਾਤਬ ਹੁੰਦੇ ਨੇ ਪਏ, ਤੇ ਮੇਰੇ ਅੰਦਰ ਕਿਹੜੀ ਸ਼ੈ ਵੇ। ਅੱਛਾ, ਦੂਸਰੇ ਫਿਕਰ 'ਚ ਆਉਂਦੇ ਨੇ ਤੇ ਜੇ ਤੈਨੂੰ ਮੈਂ ਅੰਦਰ ਲੱਭਾਂ ਤੇ ਫਿਰ ਮੁਕਈਅਤ ਜਾਣਾ, ਤੇ ਰੱਬ ਤੇ ਕੈਦ ਵਾਲੀ ਸਿਫਤ ਤੋਂ ਪਾ ਕੇ ਰੱਬ ਉਹ ਰੱਬ ਹੀ ਨਹੀਂ ਹੋ ਸਕਦਾ ਜਿਹੜਾ ਕੈਦ ਹੋਵੇ। ਕਹਿੰਦੇ ਨੇ ਜੇ ਮੈਂ ਤੈਨੂੰ ਬਾਹਰ ਢੂੰਡਾਂ ਤੇ ਮੇਰੇ ਅੰਦਰ ਕੌਣ ਸਮਾਰਾਂ, ਤੇ ਜੇ ਮੈਂ ਤੈਨੂੰ ਅੰਦਰ ਢੂੰਡਾਂ ਤੇ ਫਿਰ ਮੁਕਈਅਤ ਜਾਣਾ। ਹੁਣ ਵੇਖੋ ਗੱਲ ਸਮਝੋ ਬਾਹਰ ਹੋ ਗਈ ਨਾ, ਤੇ ਅੱਗੇ ਬੁੱਲੇ ਸ਼ਾਹ ਸਾਹਿਬ ਕੀ ਫਰਮਾਉਂਦੇ ਨੇ, ਕਹਿੰਦੇ ਨੇ ਅੰਦਰ ਤੂੰ ਵੇ ਤੇ ਬਾਹਰ ਤੂੰ ਵੇ ਤੇ ਮੈਂ ਸਭ ਤੋਂ ਪਾਕ ਪਛਾਣਾ, ਤੇ ਮੈਂ ਵੀ ਤੂੰ ਵੇ ਤੇ ਤੂੰ ਵੀ ਤੂੰ ਐ, ਮੈਂ ਵੀ ਤੂੰ ਐ ਤੇ ਤੂੰ ਵੀ ਤੂੰ ਐ, ਇੱਥੇ ਬੁੱਲਾ ਕੌਣ ਨਿਮਾਰਾ। ਯਾਨੀ ਜਦੋਂ ਕਿ ਸਵਾਲ ਹੱਲ ਨਾ ਹੋਵੇ, ਤੇ ਜਿਹੜਾ ਸਵਾਲ ਹੱਲ ਨਾ ਹੋਵੇ ਉਹ ਸਵਾਲ ਰੱਬ ਦਾ ਹੀ ਹੁੰਦਾ, ਬੰਦੇ ਦੇ ਪਾਏ ਸਵਾਲ ਸਾਰੇ ਹੱਲ ਹੋ ਜਾਂਦੇ ਨੇ, ਲੇਕਿਨ ਜਿਹੜਾ ਸਵਾਲ ਰੱਬ ਦੀ ਰੱਬੀ ਅੱਧਾ ਹੋਵੇ ਨਾ, ਤੇ ਉਹ ਹੱਲ ਨਹੀਂ ਹੁੰਦਾ ਬੰਦੇ ਕੋਲੋਂ। ਉਹ ਸਮਝੋ ਬਾਹਰ ਇਹ ਸਮਾਨ ਖਲੋਤਾ ਹੈ, ਕਿਵੇਂ ਖਲੋਤਾ ਹੈ, ਦੁਨੀਆ ਬਣੀ ਹੈ ਕਿਵੇਂ ਬਣੀ ਹੈ, ਕਾਇਨਾਤ ਬਣੀ ਹੈ ਕਿਵੇਂ ਬਣੀ ਹੈ, ਸੂਰਜ ਨਿਕਲਦਾ ਡੁੱਬਦਾ, ਚੰਨ ਚੜ੍ਹਦਾ ਡੁੱਬਦਾ, ਰੱਬ ਦੇ ਕੰਮ ਨੇ। ਅਤੇ ਜਦੋਂ ਇਹੋ ਜਿਹੀ ਬੰਦੇ 'ਤੇ ਸਟੇਜ ਆਈਏ, ਫਿਰ ਅੱਗੇ ਅਕਲ ਦੇ ਘੋੜੇ ਨਹੀਂ ਦੜਾਉਣੇ ਚਾਹੀਦੇ, ਫਿਰ ਬੰਦਾ ਗੁੰਮਰਾਹ ਹੋ ਜਾਂਦਾ। ਅਤੇ ਫਿਰ ਉਸ ਤੋਂ ਇਹੀ ਹੈ ਕਿ ਤੂੰ ਸਭ ਤੋਂ ਪਾਕ ਜ਼ਾਤ ਹੋਈ ਹੈ ਅਤੇ ਉਹਦਾ ਹੀ ਕੰਮ ਹੈ, ਅਤੇ ਮੈਂ ਸਭ ਤੋਂ ਪਾਕ ਪਛਾਣਾ। ਇਹ ਦੋ ਲਾਈਨਾਂ ਮੈਨੂੰ ਟੁੱਟੀਆਂ ਫੁੱਟੀਆਂ ਜਿਹੀਆਂ ਆਉਂਦੀਆਂ ਹਨ, ਅਤੇ ਮੈਂ ਕਿਹਾ ਚਲੋ ਆਪਣੇ ਵਿਊਵਰਸ ਨੂੰ ਅੱਜ ਇਹ ਦੋ ਲਾਈਨਾਂ ਹੀ ਸੁਣਾ ਦੀਆਂ। ਵੈਸੇ ਤਾਂ ਇੱਕ ਸ਼ੇਰ ਮੇਰੇ ਜ਼ਿਹਨ ਦੇ ਵਿੱਚ ਆਣ ਡਿਆ ਸੀ, ਕਬੀਰ ਦਾਸ, ਉਹਨਾਂ ਦਾ ਵੀ ਕਮਾਲ ਦੀ ਸ਼ਾਇਰੀ, ਉਹਨਾਂ ਦੀ ਵੀ ਅਗਰ ਤੁਸੀਂ ਸੁਣੋ, ਅਤੇ ਉਹ ਕਬੀਰ ਦਾਸ ਸਾਹਿਬ ਦਾ ਜਿਹੜਾ ਸ਼ੇਰ ਹੈ ਕਿ ਆਪਣਾ ਕਬੀਰਾ ਕੂਆਂ ਏਕ ਹੈ ਪਾਣੀ ਭਰਨ ਅਨੇਕ, ਓਏ ਹੋਏ ਹੋਏ, ਭਾਂਡੇ ਹੀ ਮੈਂ ਭੇਦ ਹੈ ਪਾਣੀ ਸਭ ਮੈਂ ਏਕ। ਇਹ ਜਿੰਨੀ ਵੀ ਕਾਇਨਾਤ ਬਣੀ ਹੈ, ਇਹ ਸਾਰੇ ਕੋਈ ਕਿਸ ਮਜ਼ਹਬ 'ਚ ਟੁਰ ਗਿਆ, ਕੋਈ ਕਿਸ ਮਜ਼ਹਬ 'ਚ ਟੁਰ ਗਿਆ, ਕੋਈ ਸਿੱਖ ਬਣ ਗਿਆ, ਕੋਈ ਮੁਸਲਮਾਨ ਬਣ ਗਿਆ, ਕੋਈ ਈਸਾਈ ਬਣ ਗਿਆ, ਕੋਈ ਹਿੰਦੂ ਬਣ ਗਿਆ, ਉਹਨੇ ਕਿਹਾ ਕੂਆਂ ਇੱਕ ਹੀ ਹੈ। ਕੂਏ ਤੋਂ ਮੁਰਾਦ ਯਾਨੀ ਉਹ ਸਾਰੇ ਅੱਗੋਂ, ਕੂਏ ਤੋਂ ਮੁਰਾਦ ਰੱਬ ਦੀ ਜ਼ਾਤ,
ਅੱਗੋਂ ਜਿਹੜੇ ਤੁਸੀਂ ਉੱਥੋਂ ਆਪਣੇ ਆਪਣਾ ਜਿਹਨੇ ਜਿਹਨੇ ਜਿਹੜਾ ਜਿਹੜਾ ਇਲਮ ਲਿਆ ਉਹ ਭਾਂਡਾ ਵੱਖਰਾ ਹੋ ਸਕਦਾ, ਖੂਹ ਇੱਕ ਹੀ ਹੈ। ਇਹ ਕਬੀਰ ਜੋ ਮੈਂ ਸਮਝਿਆ ਕਬੀਰ ਦਾਸ ਸਾਹਿਬ ਦੇ ਇਸ ਸ਼ੇਅਰ ਦਾ ਮਤਲਬ, ਬਾਕੀ ਤੁਸੀਂ ਸਲਾਹ ਕਰਦੇ ਜੇ ਅਗਰ ਕੋਈ ਗਲਤੀ ਕਦਾਈ, ਕਿਉਂਕਿ ਬਜ਼ੁਰਗਾਂ ਦੇ ਸ਼ੇਅਰ ਨੇ ਅਤੇ ਇਹਨਾਂ ਦੇ ਵਿੱਚ ਕਮੀ ਕੁਤਾਈ, ਤਾਂ ਮੈਂ ਤਾਂ ਜਨਾਬ ਮਾਜ਼ਰਤ ਚਾਹੁੰਦਾ ਅਗਰ ਕੋਈ ਕਮੀ ਕੁਤਾਈ, ਵੈਸੇ ਮੇਰੇ ਜ਼ਿਹਨ 'ਚ ਆਏ ਅਤੇ ਮੈਂ ਤੁਹਾਡੀ ਨਜ਼ਰ ਕਰ ਦਿੱਤੇ। ਅਗਰ ਅੱਛੇ ਲੱਗਣ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਜੀ। ਇਨਸ਼ਾਅੱਲਾ ਇੱਕ ਨਵੇਂ ਵਲੌਗ 'ਚ ਫਿਰ ਮਿਲਾਂਗੇ। ਰੱਬ ਰਾਖਾ।